ਸਤਿ ਸ੍ਰੀ ਅਕਾਲ ਆਰ ਐਮ ਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਗਰੇਵਾਲ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਭਾਗਾਂ ਦੀ ਵੰਡ ਜਿਹੜੀ ਆ ਕਰ ਦਿੱਤੀ ਆ, ਮੰਤਰੀਆਂ ਨੂੰ ਵਿਭਾਗ ਜਿਹੜੇ ਆ ਸੌਂਪ ਦਿੱਤੇ ਆ। ਕਿਹੜੇ ਕਿਹੜੇ ਵਿਭਾਗ ਨੇ ਉਹਨਾਂ ਦੇ ਬਾਰੇ ਜਿਹੜੀ ਆ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੇਕਰ CM ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਤਾਂ ਭਗਵੰਤ ਸਿੰਘ ਮਾਨ ਨੂੰ ਜਿਹੜਾ ਹੈ ਗ੍ਰਹਿ ਮੰਤਰਾਲਾ ਭਗਵੰਤ ਸਿੰਘ ਮਾਨ ਦੇ ਹਿੱਸੇ ਆਇਆ। ਉਸ ਤੋਂ ਬਾਅਦ ਹਰਪਾਲ ਸਿੰਘ ਚੀਮਾ ਦੀ ਗੱਲ ਕਰਦੇ ਹਾਂ। ਹਰਪਾਲ ਸਿੰਘ ਚੀਮਾ ਜਿਹੜੇ ਨੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਣਾ ਦਿੱਤਾ ਗਿਆ। ਹਰਭਜਨ ਸਿੰਘ ਦੀ ਗੱਲ ਕਰਦੇ ਹਾਂ, ਹਰਭਜਨ ਸਿੰਘ ਨੂੰ ਜਿਹੜਾ ਆ ਬਿਜਲੀ ਮੰਤਰੀ ਬਣਾਇਆ ਗਿਆ। ਵੱਡੀ ਗੱਲ ਮੀਥੇਅਰ ਦੀ ਕਰਦੇ ਹਾਂ, ਮੀਥੇਅਰ ਨੂੰ ਜਿਹੜਾ ਸਿੱਖਿਆ ਮੰਤਰੀ ਬਣਾਇਆ ਗਿਆ। ਇੱਥੇ ਗੱਲ ਇੱਕ ਹੋਰ ਜ਼ਰੂਰ ਦੱਸਣੀ ਲਾਜ਼ਮੀ ਹੈ ਕਿ ਵੱਡੀ ਜ਼ਿੰਮੇਵਾਰੀ ਮੀਥੇਅਰ ਦੇ ਉੱਪਰ ਹੋਵੇਗੀ, ਮੀਥੇਅਰ ਦੇ ਉੱਪਰ ਵੱਡੀ ਜ਼ਿੰਮੇਵਾਰੀ ਹੋਵੇਗੀ ਕਿਉਂਕਿ ਨੌਜਵਾਨ ਚਿਹਰਾ ਆ, ਸਿੱਖਿਆ ਮੰਤਰੀ ਬਣਾਏ ਗਏ ਨੇ ਅਤੇ ਸਿੱਖਿਆ ਦੇ ਢਾਂਚੇ ਦੇ ਵਿੱਚ ਕਿਸ ਤਰ੍ਹਾਂ ਦੀ ਚੇਂਜ ਜਿਹੜੇ ਨੇ ਮੀਥੇਅਰ ਲੈ ਕੇ ਆਉਂਦੇ ਨੇ, ਇਹ ਦੇਖਣ ਵਾਲਾ ਹੋਵੇਗਾ। ਕਿਉਂਕਿ ਬੜੀ ਜਿਵੇਂ ਆਖ ਲਈਏ ਕਿ ਇਹ ਇਸ ਰਾਹ ਦੇ ਉੱਪਰ ਜਾਂ ਇਸ ਸਿੱਖਿਆ ਜਿਹੜਾ ਵਿਭਾਗ ਦੇ ਸਿੱਖਿਆ ਵਿਭਾਗ ਦੇ ਵਿੱਚ ਚੁਣੌਤੀਆਂ ਬੜੀਆਂ ਨੇ, ਜਿੱਥੇ ਧਰਨੇ ਜਿਹੜੇ ਨੇ ਉਹ ਲੱਗਦੇ ਰਹਿੰਦੇ ਨੇ। ਕਿਸੇ ਵੇਲੇ ਇਹ ਧਰਨੇ ਪ੍ਰਗਟ ਸਿੰਘ ਦੇ ਘਰਾਂ ਦੇ ਵਿੱਚ, ਪਿਛਲੀ ਸਰਕਾਰ ਦੇ ਵੇਲੇ ਪ੍ਰਗਟ ਸਿੰਘ ਦੇ ਘਰਾਂ ਦੇ ਘਰ ਦੇ ਅੱਗੇ ਰਹੇ, ਉਸ ਤੋਂ ਪਹਿਲਾਂ ਵਜਿੰਦਰ ਸਿੰਗਲਾ ਦੇ ਘਰ ਦੇ ਅੱਗੇ ਰਹੇ, ਅਤੇ ਹੁਣ ਲੋਕ ਇਹ ਵੀ ਆਖਦੇ ਨੇ ਕਿ ਸ਼ਾਇਦ ਹੁਣ ਧਰਨੇ ਜਿਹੜੇ ਨੇ ਬਰਨਾਲੇ ਆ ਜਾਣਗੇ ਮੀਥੇਅਰ ਦੇ ਘਰੇ। ਕਿਉਂਕਿ ਇੱਕ ਪਾਸੇ ਜਿੱਥੇ ਜਵਾਕਾਂ ਦੀ ਪੜ੍ਹਾਈ ਦਾ ਮਾਮਲਾ ਆ ਜਾਂਦਾ, ਦੂਸਰੇ ਪਾਸੇ ਜਿੱਥੇ ਜਿਹੜੇ ਬੇਰੁਜ਼ਗਾਰ ਫਿਰਦੇ ਨੇ ਬੇਰੁਜ਼ਗਾਰੀ ਦਾ ਮਾਮਲਾ ਆ ਜਾਂਦਾ, ਤੀਸਰੇ ਪਾਸੇ ਜਿਹੜੇ ਡਿਊਟੀਆਂ ਦੇ ਉੱਪਰ ਨੇ ਉਹ ਰੈਗੂਲਰ ਨਹੀਂ, ਉਹਨਾਂ ਦਾ ਮਾਮਲਾ ਆ ਜਾਂਦਾ, ਤਾਂ ਇਹਨਾਂ ਚੁਣੌਤੀਆਂ ਦੇ ਨਾਲ ਕਿਵੇਂ ਨਿਪਟਣਗੇ ਮੀਥੇਅਰ? ਨੌਜਵਾਨ ਚਿਹਰਾ ਨੇ ਸਿੱਖਿਆ ਮੰਤਰੀ ਜਿਹੜਾ ਆ ਬਣਾਇਆ ਗਿਆ ਆ। ਵੱਡੀ ਗੱਲ ਆ ਕਿ ਮਾਡਲ ਜਿਹੜਾ ਪੇਸ਼ ਕਰਦੇ ਨਜ਼ਰ ਆਉਂਦੇ ਨੇ ਦਿੱਲੀ ਦਾ, ਕਿ ਦਿੱਲੀ ਦਾ ਮਾਡਲ ਅਸੀਂ ਦਿੱਲੀ ਦੇ ਵਿੱਚ ਸਕੂਲਾਂ ਦੇ ਵਿੱਚ ਇਹ ਕਰਤਾ, ਤਾਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਵਿਕਾਸ ਜਿਹੜਾ ਆ ਮੀਥੇਅਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕਰ ਪਾਉਂਦੇ ਨੇ, ਪੰਜਾਬ ਦੇ ਸਿੱਖਿਆ ਢਾਂਚੇ ਨੂੰ ਕਿਸ ਤਰ੍ਹਾਂ ਦੇ ਨਾਲ ਉਭਾਰ ਪਾਉਂਦੇ ਨੇ, ਕਿਸ ਤਰ੍ਹਾਂ ਦੇ ਨਾਲ ਨਿਖਾਰ ਜਿਹੜਾ ਹੈਗਾ ਲਿਆ ਪਾਉਂਦੇ ਨੇ। ਖਾਸ ਕਰਕੇ ਲੋਕਾਂ ਦੀਆਂ ਜ਼ਰੂਰ ਨਿਗਾਹਾਂ ਜਿਹੜੀਆਂ ਨੇ ਮੀਥੇਅਰ ਦੇ ਉੱਪਰ ਰਹਿਣਗੀਆਂ। ਅੱਗੇ ਜੇਕਰ ਗੱਲ ਹਰਜੋਤ ਬੈਂਸ ਦੀ ਕਰੀਏ ਤਾਂ ਹਰਜੋਤ ਬੈਂਸ ਨੂੰ ਜਿਹੜਾ ਆ ਟੂਰਿਜ਼ਮ ਮੰਤਰੀ ਹਰਜੋਤ ਬੈਂਸ ਨੂੰ ਬਣਾਇਆ ਗਿਆ ਡਾਕਟਰ ਵਿਜੇ ਸਿੰਗਲਾ। ਡਾਕਟਰ ਵਿਜੇ ਸਿੰਗਲਾ, ਇੱਥੇ ਮੈਂ ਦੱਸ ਦੇਵਾਂ ਕਿ ਜੋ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਹਰਾਉਣ ਤੋਂ ਬਾਅਦ ਜਿਹੜੇ ਹੈਗੇ ਨੇ ਪਹੁੰਚੇ ਸੀ, ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਸਿਹਤ ਮੰਤਰੀ ਦਾ ਜਿਹੜਾ ਸਿਹਤ ਮੰਤਰੀ ਦੇ ਨਾਲ ਨਿਵਾਜਿਆ ਗਿਆ। ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਪੰਚਾਇਤੀ ਰਾਜ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਬਣਾਇਆ ਗਿਆ। ਲਾਲਜੀਤ ਸਿੰਘ ਭੁੱਲਰ, ਲਾਲਜੀਤ ਸਿੰਘ ਭੁੱਲਰ ਦੇ ਹਿੱਸੇ ਟਰਾਂਸਪੋਰਟ ਮੰਤਰੀ ਦਾ ਜਿਹੜਾ ਹੈਗਾ ਅਹੁਦਾ ਆਇਆ, ਜਿਹੜਾ ਪਹਿਲਾਂ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਹਿੱਸੇ ਆਇਆ ਸੀ ਟਰਾਂਸਪੋਰਟ ਮੰਤਰੀ। ਜਿਸ ਤਰ੍ਹਾਂ ਦੇ ਨਾਲ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜੇ ਨੇ ਉਹ ਬੱਸਾਂ ਬੰਦ ਕਰਦੇ ਦਿਖਾਈ ਦਿੱਤੇ ਸੀ, ਪਰਮਿਟ ਰੱਦ ਕਰਦੇ ਦਿਖਾਈ ਦਿੱਤੇ ਸੀ, ਹੁਣ ਦੇਖਣਾ ਹੋਵੇਗਾ ਕਿ ਲਾਲਜੀਤ ਸਿੰਘ ਭੁੱਲਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ MLA ਉਹ ਕੀ ਕੁਛ ਕਰਦੇ ਨੇ। ਜੇਕਰ ਲਾਲਚੰਦ ਕਟਾਰੂ ਚੱਕ ਦੀ ਗੱਲ ਕਰੀਏ ਤਾਂ ਫੂਡ ਸਪਲਾਈ ਮੰਤਰੀ ਉਹਨਾਂ ਨੂੰ ਬਣਾਇਆ ਗਿਆ। ਬ੍ਰਹਮ ਸ਼ੰਕਰ ਮਹਿੰਦਰਾ ਦੀ ਗੱਲ ਕਰੀਏ ਤਾਂ ਆਫਤ ਪ੍ਰਬੰਧਨ ਮੰਤਰੀ ਉਹਨਾਂ ਨੂੰ ਬਣਾਇਆ ਗਿਆ। ਡਾਕਟਰ ਬਲਜੀਤ ਕੌਰ ਦੀ ਗੱਲ ਕਰੀਏ ਤਾਂ ਮਹਿਲਾ ਵਿਕਾਸ ਮੰਤਰੀ ਉਹਨਾਂ ਨੂੰ ਬਣਾਇਆ ਗਿਆ। ਡਾਕਟਰ ਬਲਜੀਤ ਕੌਰ ਅਤੇ ਡਾਕਟਰ ਵਿਜੇਂਦਰ ਸਿੰਗਲਾ ਦੇ ਵਿੱਚ ਇਹ ਚੀਜ਼ ਦੇਖੀ ਜਾ ਰਹੀ ਸੀ, ਇਹਨਾਂ ਦੋਹਾਂ ਦੇ ਵਿੱਚੋਂ ਕਿਸੇ ਇੱਕ ਨੂੰ ਸਿਹਤ ਮੰਤਰੀ ਜਿਹੜਾ ਹੈਗਾ ਮੰਤਰਾਲਾ ਜਿਹੜਾ ਸਿਹਤ ਮੰਤਰੀ ਦਾ ਉਹ ਸੰਭਾਇਆ ਜਾ ਸਕਦਾ, ਸਿਹਤ ਮੰਤਰਾਲਾ ਸੰਭਾਇਆ ਜਾ ਸਕਦਾ। ਸਿਹਤ ਮੰਤਰਾਲਾ ਜਿਹੜਾ ਡਾਕਟਰ ਵਿਜੇਂਦਰ ਸਿੰਗਲਾ ਡਾਕਟਰ ਵਿਜੇ ਸਿੰਗਲਾ ਨੂੰ ਸੰਭਾਇਆ ਗਿਆ, ਅਤੇ ਡਾਕਟਰ ਬਲਜੀਤ ਕੌਰ ਨੂੰ ਜਿਹੜਾ ਮਹਿਲਾ ਵਿਕਾਸ ਮੰਤਰੀ ਜਿਹੜੇ ਨੇ ਉਹ ਬਣਾਏ ਗਏ ਨੇ। ਹਾਲਾਂਕਿ ਜਦੋਂ ਇਹ ਲਿਸਟ ਆਉਂਦੀ ਆ ਤਾਂ ਇਸ ਲਿਸਟ ਦੇ ਵਿੱਚ ਬਹੁਤੇ ਸੰਭਾਵੀ ਚਿਹਰੇ ਸੀ, ਵੱਡੇ ਵੱਡੇ ਅਦਾਰਿਆਂ ਵੱਲੋਂ ਬਹੁਤ ਸੰਭਾਵੀ ਚਿਹਰੇ ਪੇਸ਼ ਕੀਤੇ ਜਾ ਰਹੇ ਸੀ, ਵੱਡੇ ਵੱਡੇ ਪੱਤਰਕਾਰਾਂ ਵੱਲੋਂ ਸੰਭਾਵੀ ਚਿਹਰੇ ਪੇਸ਼ ਕੀਤੇ ਜਾ ਰਹੇ ਸੀ, ਪਰ ਉਹਨਾਂ ਦੇ ਵਿੱਚੋਂ ਜਿਹੜੇ ਹੈਗੇ ਆ ਉਹ ਚਿਹਰੇ ਨਹੀਂ ਆਏ, ਲਿਸਟ ਬਿਲਕੁਲ ਉਲਟਾ ਹੀ। ਹਾਂ, ਇੱਕ ਦੋ ਚਿਹਰਿਆਂ ਦੀ ਜੇਕਰ ਮੈਂ ਗੱਲ ਕਰਾਂ, ਉਹ ਜ਼ਰੂਰ ਆਏ ਸੀ, ਤਾਂ ਮੰਤਰਾਲੇ ਜਿਹੜੇ ਨੇ ਅੱਜ ਸੌਂਪ ਦਿੱਤੇ ਗਏ ਨੇ, ਤਾਂ ਕੰਮ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਸ਼ੁਰੂ ਹੁੰਦਾ। ਹਾਲਾਂਕਿ ਭਗਵੰਤ ਸਿੰਘ ਮਾਨ ਜਿਹੜੇ ਨੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਸਾਰੇ MLA ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ, ਤਾਂ ਹੁਣ ਮੰਤਰੀਆਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਕੰਮ ਆ ਉਹ ਨੇਪਰੇ ਚੜਾਉਂਦੇ ਨੇ। ਤਾਂ ਇੱਕ ਵਾਰੀ ਫਿਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗ੍ਰਹਿ ਮੰਤਰਾਲਾ ਆ ਉਹ ਭਗਵੰਤ ਸਿੰਘ ਮਾਨ ਦੇ ਹਿੱਸੇ ਆਇਆ। ਹਰਪਾਲ ਸਿੰਘ ਚੀਮਾ ਜਿਹੜੇ ਨੇ ਖਜ਼ਾਨਾ ਮੰਤਰੀ ਹੋਣਗੇ, ਮੀਥੇਅਰ ਦੀ ਗੱਲ ਕਰੀਏ ਤਾਂ ਸਿੱਖਿਆ ਮੰਤਰੀ ਹੋਣਗੇ। ਵੱਡੀਆਂ ਚੁਣੌਤੀਆਂ ਮੀਥੇਅਰ ਦੇ ਜਿਹੜੀ ਹੈਗੀਆਂ ਨੇ ਅੱਗੇ ਹੋਣਗੀਆਂ, ਪੰਜਾਬ ਦੇ ਸਿੱਖਿਆ ਢਾਂਚੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਸਿੱਖਿਆ ਢਾਂਚੇ ਦੇ ਵਿੱਚ ਸੁਧਾਰ ਕਰਦੇ ਨੇ। ਹੋਰਨਾਂ ਅਪਡੇਟਸ ਦੇ ਲਈ ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਜਾ, ਧੰਨਵਾਦ ਜੀ।